ਭਾਰਤ ਦੇ ਚੋਣ ਦੰਗਲ ਦੀ ਗੱਲ ਕਰਾਂਗੇ। ਦੇਸ਼ ਦੇ 7ਵੇਂ ਤੇ ਆਖਰੀ ਗੇੜ ਦੀਆਂ ਵੋਟਾਂ ਦੇ ਲਈ ਪ੍ਰਚਾਰ ਕੱਲ ਬੰਦ ਹੋ ਗਿਆ ਹੈ। ਪੰਜਾਬ ਦੇ ਵਿੱਚ ਆਖਰੀ ਦਿਨ ਧੂੰਆਂਧਾਰ ਭਾਸ਼ਣਾਂ ਦੇ ਨਾਲ ਪ੍ਰਚਾਰ ਦੀ ਸਮਾਪਤੀ ਹੋਈ। ਪੰਜਾਬ ਚੰਡੀਗੜ੍ਹ ਸਮੇਤ 7 ਸੂਬਿਆਂ ਦੀਆਂ 57 ਸੀਟਾਂ ਤੇ ਕੱਲ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਜਾਵੇਗੀ। ਚੋਣ ਪ੍ਰਚਾਰ ਭਾਵੇਂ ਮੁੱਕ ਚੁੱਕਿਆ ਪਰ ਉਮੀਦਵਾਰ ਹੁਣ ਘਰੋ ਘਰੀ ਜਾ ਕੇ ਡੋਰ ਟੂ ਡੋਰ ਜਾ ਕੇ ਪ੍ਰਚਾਰ ਜ਼ਰੂਰ ਕਰ ਸਕਦੇ ਨੇ। ਵੱਡੀ ਰੈਲੀ ਜਾਂ ਵੱਡਾ ਇਕੱਠ ਨਹੀਂ ਕੀਤਾ ਜਾ ਸਕਦਾ। ਆਖਰੀ ਗੇੜ ਤਹਿਤ ਪੰਜਾਬ ਦੀਆਂ ਸਾਰੀਆਂ 13, ਹਿਮਾਚਲ ਦੀਆਂ 4, ਯੂਪੀ ਦੀਆਂ 13, ਬਿਹਾਰ ਦੀਆਂ 8, ਉੜੀਸਾ ਦੀਆਂ 6, ਝਾਰਖੰਡ ਦੀਆਂ 3 ਤੇ ਚੰਡੀਗੜ੍ਹ ਦੀ 1 ਲੋਕ ਸਭਾ ਸੀਟ ਤੇ ਵੋਟ ਪੈਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੋਂ ਵਾਰਾਣਸੀ ਤੋਂ ਖੜੇ ਨੇ ਉੱਥੇ ਵੀ ਕੱਲ੍ਹ ਨੂੰ ਹੀ ਵੋਟਾਂ ਪੈਣੀਆਂ ਨੇ ਤੇ ਮੋਦੀ ਸਾਹਿਬ ਵਾਰਾਣਸੀ ਲੋਕ ਸਭਾ ਸੀਟ ਤੋਂ ਲਗਾਤਾਰ ਤੀਜੀ ਵਾਰੀ ਜਿਤਾਉਣ ਦੀ ਲੋਕਾਂ ਨੂੰ ਅਪੀਲ ਕਰ ਰਹੇ ਨੇ। ਕੱਲ੍ਹ ਜਿਹੜੀਆਂ 57 ਸੀਟਾਂ 'ਤੇ ਵੋਟਿੰਗ ਹੋਣੀ ਹੈ ਉਸ 'ਤੇ ਕੁੱਲ 904 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ। ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮ ਨੇ 904 ਉਮੀਦਵਾਰਾਂ ਦੇ ਸਵੈ ਹਲਫਨਾਮਿਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਰਿਪੋਰਟ ਕੱਢੀ ਹੈ ਜਿਸ ਮੁਤਾਬਿਕ 904 'ਚੋਂ ਸਿਰਫ 11 ਫੀਸਦੀ ਔਰਤਾਂ ਨੇ, 22 ਫੀਸਦੀ ਉਮੀਦਵਾਰਾਂ ਦੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਨੇ ਅਤੇ 33 ਫੀਸਦੀ ਕਰੋੜਪਤੀ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਬੀਬੀ ਹਰਸਿਮਰਤ ਕੌਰ ਬਾਦਲ ਦਾ ਵੀ ਹੈ। ਅਤੇ ਇੱਕ ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ 57 ਦੇ 57 ਸੀਟਾਂ ਦੇ ਉੱਤੇ ਜਿੰਨੇ ਵੀ 904 ਉਮੀਦਵਾਰ ਖੜੇ ਨੇ ਉਹਨਾਂ 'ਚੋਂ ਸਭ ਤੋਂ ਵੱਧ ਅਮੀਰ ਬੀਬੀ ਹਰਸਿਮਰਤ ਕੌਰ ਬਾਦਲ ਹੈ। ਪੰਜਾਬ ਦੇ ਵਿੱਚ ਸਾਰੇ ਉਮੀਦਵਾਰ ਤਕਰੀਬਨ ਸਾਹੋ ਸਾਹ ਹੋਏ ਪਏ ਨੇ। ਧੜਕਣਾਂ ਪਰਸੋਂ ਵੋਟਾਂ ਪੈਣ ਦੇ ਨਾਲ ਇਹਨਾਂ ਦੀਆਂ ਥੰਮ ਜਾਣਗੀਆਂ, ਫਿਰ ਕਿਤੇ 4 ਜੂਨ ਨੂੰ ਜਾ ਕੇ ਸਾਹ ਆਊਗਾ। ਜਿਹੜਾ ਜਿੱਤ ਗਿਆ ਉਹਨੂੰ ਥੋੜ੍ਹਾ ਸੌਖਾ ਸਾਹ, ਅਜੂ ਤੇ ਹਾਰਨ ਵਾਲੇ ਨੂੰ ਕੁਛ ਕੁ ਦਿਨ ਤਾਂ ਔਖਾ ਰਹੂਗਾ, ਪਰ ਫਿਰ ਹੌਲੀ ਹੌਲੀ ਉਵੇਂ ਹੀ ਬੰਦਾ ਬਣ ਜਾਂਦਾ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿੱਬਨ ਸੀ ਨੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਅਫਸਰਾਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਵੋਟਾਂ ਤੋਂ ਪਹਿਲਾਂ ਦੇ 48 ਘੰਟਿਆਂ ਦੌਰਾਨ ਹਲਕੇ ਤੋਂ ਬਾਹਰਲੇ ਲੋਕਾਂ ਦੀ ਆਵਾਜਾਈ 'ਤੇ ਤਿੱਖੀ ਨਜ਼ਰ ਰੱਖੀ ਜਾਵੇ। ਇਸ ਦੇ ਨਾਲ ਹੀ ਮੁੱਖ ਚੋਣ ਅਧਿਕਾਰੀ ਨੇ ਪੋਲਿੰਗ ਸਟਾਫ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ਤੇ ਡਿਸਟ੍ਰੀਬਿਊਸ਼ਨ ਤੇ ਰਿਸੀਵਿੰਗ ਸੈਂਟਰਾਂ ਤੇ ਖਾਣ ਪੀਣ ਤੇ ਰਿਹਾਇਸ਼ ਦੇ ਉਚਿਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਨੇ। ਅੱਜ ਸਾਰੀਆਂ ਪੋਲਿੰਗ ਟੀਮਾਂ ਆਪੋ ਆਪਣੇ ਸਟੇਸ਼ਨਾਂ ਤੇ ਪਹੁੰਚ ਜਾਣਗੀਆਂ। ਚੋਣ ਕਮਿਸ਼ਨ ਨੇ ਬਠਿੰਡਾ ਅਤੇ ਲੁਧਿਆਣਾ ਨੂੰ ਸੰਵੇਦਨਸ਼ੀਲ ਐਲਾਨਿਆ ਹੈ। ਇਹਨਾਂ ਦੋਵੇਂ ਸੀਟਾਂ ਨੂੰ ਚੋਣ ਕਮਿਸ਼ਨ ਨੇ ਪੈਸੇ ਦੇ ਖਰਚ ਪੱਖੋਂ ਸੰਵੇਦਨਸ਼ੀਲ ਐਲਾਨਿਆ। ਚੋਣ ਕਮਿਸ਼ਨ ਵੱਲੋਂ ਹਰ ਸੰਸਦੀ ਹਲਕੇ ਵਿੱਚ ਇੱਕ ਖਰਚਾ ਓਬਜ਼ਰਵਰ ਲਾਇਆ ਗਿਆ, ਪਰ ਇਹਨਾਂ ਸੰਸਦੀ ਹਲਕਿਆਂ ਵਿੱਚ ਖਰਚ ਪੱਖੋਂ ਸੰਵੇਦਨਸ਼ੀਲ ਹੋਣ ਕਰਕੇ 2-2 ਖਰਚਾ ਓਬਜ਼ਰਵਰ ਤਾਇਨਾਤ ਕੀਤੇ ਗਏ ਨੇ। ਚੋਣ ਕਮਿਸ਼ਨ ਨੇ ਪੂਰੇ ਪੰਜਾਬ 'ਚ 42 ਵਿਧਾਨ ਸਭਾ ਹਲਕੇ ਸ਼ਨਾਖਤ ਕੀਤੇ ਨੇ, ਜਿੱਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਦੌਰਾਨ ਸਭ ਤੋਂ ਵੱਧ ਪੈਸਾ ਆਦਰਸ਼ ਚੋਣ ਜ਼ਾਬਤੇ ਦੌਰਾਨ ਫੜਿਆ ਗਿਆ ਸੀ। ਕੱਲ੍ਹ ਸ਼ਾਮ 6 ਵਜੇ ਚੋਣ ਪ੍ਰਚਾਰ ਬੰਦ ਹੋਣ ਤੋਂ ਫੌਰਨ ਬਾਅਦ ਬਾਹਰਲਿਆਂ ਨੂੰ ਸੂਬੇ 'ਚੋਂ ਬਾਹਰ ਜਾਣ ਦੇ ਹੁਕਮ ਦੇ ਦਿੱਤੇ ਗਏ। ਹੁਣ ਕੋਈ ਵੀ ਬਾਹਰਲਾ ਵਿਅਕਤੀ ਵੋਟਾਂ ਤੱਕ ਸੂਬੇ ਵਿੱਚ ਐਂਟਰ ਨਹੀਂ ਕਰ ਸਕਦਾ। ਬਠਿੰਡਾ ਦੇ ਲੰਬੀ ਬਠਿੰਡਾ ਦਿਹਾਤੀ ਤਲਵੰਡੀ ਸਾਬੋ ਮੋੜ ਤੇ ਮਾਨਸਾ ਦੇ ਵਿੱਚ ਭਾਰੀ ਨਕਦੀ ਫੜੀ ਗਈ ਸੀ। ਇਸ ਵਾਰ ਚੋਣ ਕਮਿਸ਼ਨ ਦੀ ਇਹਨਾਂ ਹਲਕਿਆਂ 'ਤੇ ਪੈਨੀ ਅੱਖ ਰਹੇਗੀ। ਉਂਝ ਵੀ ਬਠਿੰਡਾ ਤੇ ਲੁਧਿਆਣਾ ਹੌਟ ਸੀਟਾਂ ਦੇ ਵਿੱਚੋਂ ਹਨ। ਲੁਧਿਆਣਾ ਲੋਕ ਸਭਾ ਸੀਟ ਦੇ ਵਿਧਾਨ ਸਭਾ ਹਲਕੇ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਪੱਛਮੀ, ਗਿੱਲ, ਦਾਖਾ ਤੇ ਜਗਰਾਓਂ ਨੂੰ ਖਰਚੇ ਪੱਖੋਂ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਇਸ ਵਕਤ ਪੰਜਾਬ ਦੇ ਵਿੱਚ ਡਰਾਈ ਡੇ ਵੀ ਚੱਲ ਰਹੇ ਨੇ। ਕੱਲ੍ਹ ਸ਼ਾਮ 6 ਵਜੇ ਚੋਣ ਪ੍ਰਚਾਰ ਮੁੱਕਣ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਸ਼ਰਾਬ ਦੀ ਵਿਕਰੀ 'ਤੇ ਪੂਰੀ ਤਰ੍ਹਾਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ, ਜਿਹੜੀ ਕਿ ਕੱਲ੍ਹ 1 ਜੂਨ ਨੂੰ ਸ਼ਾਮ ਤੱਕ ਜਾਰੀ ਰਹੇਗੀ, ਜਦੋਂ ਤੱਕ ਵੋਟਾਂ ਮੁਕੰਮਲ ਨਹੀਂ ਹੋ ਜਾਂਦੀਆਂ। ਉਸ ਤੋਂ ਬਾਅਦ ਜਦੋਂ 4 ਜੂਨ ਨੂੰ ਨਤੀਜੇ ਆਉਣਗੇ ਤਾਂ ਵੀ ਸਾਰਾ ਦਿਨ ਡਰਾਈ ਡੇ ਹੀ ਐਲਾਨਿਆ ਗਿਆ ਹੈ ਅਤੇ ਵੋਟਾਂ ਵਾਲੇ ਦਿਨ ਵੋਟਾਂ ਪਾਉਣ ਦੇ ਲਈ 1 ਜੂਨ ਨੂੰ ਗਜ਼ਟਡ ਛੁੱਟੀ ਵੀ ਰਹੇਗੀ। ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ ਦੇ ਵਿੱਚ ਜਦੋਂ ਸੱਤਾ ਹਥਿਆਉਣ ਦੇ ਲਈ ਸਿਆਸੀ ਪਾਰਟੀਆਂ ਹਰ ਹਰਬਾ ਵਰਤ ਰਹੀਆਂ ਨੇ ਤਾਂ ਕਿਸੇ ਵੀ ਸਿਆਸੀ ਧਿਰ ਕੋਲ ਆਮ ਬੰਦੇ ਦੀ ਬੁਨਿਆਦ ਨਾਲ ਜੁੜੇ ਸਿਹਤ, ਸਿੱਖਿਆ ਤੇ ਰੁਜ਼ਗਾਰ ਦੇ ਮੁੱਦੇ ਹੀ ਨਹੀਂ ਹਨ। ਐਤਕੀ ਵੋਟਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਖਾਸ ਵਿਰੋਧੀ ਨਵਜੋਤ ਸਿੰਘ ਸਿੱਧੂ ਚੋਣ ਪਿੜ ਦੇ ਵਿੱਚੋਂ ਪੂਰੀ ਤਰ੍ਹਾਂ ਗੈਰ ਹਾਜ਼ਰ ਰਹੇ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਚੋਣ ਪਿੜ ਵਿੱਚ ਬਿਲਕੁਲ ਨਜ਼ਰ ਨਹੀਂ ਆਏ।
ਇਸੇ ਤਰ੍ਹਾਂ ਸਿਕੰਦਰ ਸਿੰਘ ਮਲੂਕਾ ਵੀ ਚੋਣ ਪਿੰਡ ਚੋਂ ਤਕਰੀਬਨ ਗੈਰ ਹਾਜ਼ਰੀ ਰਹੇ। ਕੱਲ ਚੋਣ ਪ੍ਰਚਾਰ ਦੇ ਆਖਰੀ ਦਿਨ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰਾਂ ਨੇ ਪੰਜਾਬ ਦੇ ਵਿੱਚ ਹੀ ਡੇਰੇ ਲਾਏ ਹੋਏ ਸਨ। ਚਾਹੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ, ਕਾਂਗਰਸ ਦੇ ਰਾਹੁਲ ਗਾਂਧੀ ਜਾਂ ਫਿਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ, ਇਹਨਾਂ ਸਾਰਿਆਂ ਨੇ ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਧੂੰਆਂ ਧਾਰ ਪ੍ਰਚਾਰ ਕੀਤਾ ਤੇ ਵੱਖ ਵੱਖ ਵੱਡੀਆਂ ਰੈਲੀਆਂ ਵੀ ਕੀਤੀਆਂ। ਸ਼੍ਰੋਮਣੀ ਅਕਾਲੀ ਦਲ ਨੇ ਵੀ ਅੱਡੀ ਚੋਟੀ ਦਾ ਜ਼ੋਰ ਬਠਿੰਡਾ ਸੀਟ ਜਿੱਤਣ ਦੇ ਲਈ ਲਾ ਦਿੱਤਾ। ਸਾਰੇ ਸਿਆਸੀ ਲੀਡਰਾਂ ਨੇ ਜ਼ੋਰ ਤਾਣ ਤਾਂ ਪੂਰਾ ਲਾਇਆ ਹੈ। ਹੁਣ ਕੱਲ੍ਹ ਨੂੰ ਪਤਾ ਲੱਗੂਗਾ ਕਿ ਵੋਟਿੰਗ ਕਿੰਨੇ ਫੀਸਦੀ ਪੋਲ ਹੁੰਦੀ ਹੈ ਤੇ 4 ਤਰੀਕ ਨੂੰ ਨਤੀਜੇ ਸਾਨੂੰ ਸਭ ਨੂੰ ਪਤਾ ਲੱਗ ਜਾਣਗੇ। ਕੱਲ੍ਹ ਪ੍ਰਚਾਰ ਦੇ ਆਖਰੀ ਦਿਨ ਵੱਡੇ ਲੀਡਰਾਂ ਨੇ ਕੀ ਆਖਰੀ ਦਾਅ ਖੇਡੇ ਉਹ ਸੁਣਦੇ ਹਾਂ ਤੇ ਸ਼ੁਰੂਆਤ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਵਿੱਚ ਬੀਜੇਪੀ ਦੇ ਗੜ੍ਹ ਹੁਸ਼ਿਆਰਪੁਰ ਦੇ ਵਿੱਚ ਅਖੀਰਲੀ ਰੈਲੀ ਕੀਤੀ ਅਤੇ ਜੰਮ ਕੇ ਆਮ ਆਦਮੀ ਪਾਰਟੀ ਸਮੇਤ ਇੰਡੀਆ ਗਠਜੋੜ ਤੇ ਨਿਸ਼ਾਨੇ ਸਾਧੇ। ਅਕਾਲੀ ਦਲ ਦਾ ਨਾਮ ਤੱਕ ਨਹੀਂ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਪੂਰਾ ਭਾਸ਼ਣ ਸੀ ਉਹ ਧਰਮ ਤੇ ਕੇਂਦਰਿਤ ਰਿਹਾ। ਨਰਿੰਦਰ ਮੋਦੀ ਨੇ ਦਾਅਵਾ ਕੀਤਾ, ਵਾਅਦਾ ਕੀਤਾ ਕਿ ਤੀਜੀ ਵਾਰੀ ਸਰਕਾਰ ਬਣਨ ਤੋਂ ਬਾਅਦ ਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇਗਾ ਤੇ ਮੋਦੀ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਮੇਰੇ ਜਾਣ ਤੋਂ ਬਾਅਦ ਹੁਣ ਅਰਦਾਸਾਂ ਕਰਿਓ, ਮੰਦਰਾਂ 'ਚ ਜਾ ਕੇ ਗੁਰੂ ਘਰਾਂ 'ਚ ਜਾ ਕੇ ਅਰਦਾਸਾਂ ਕਰਿਓ ਕਿ ਭਾਰਤ ਨੂੰ ਫਿਰ ਇਹੀ ਸਰਕਾਰ ਮਿਲ ਜਾਵੇ। ਵੱਖ ਵੱਖ ਮੁੱਦਿਆਂ ਤੇ ਉਹਨਾਂ ਨੇ ਕਾਂਗਰਸ ਨੂੰ ਖਰੀਆਂ ਖਰੀਆਂ ਵੀ ਸੁਣਾਈਆਂ। ਦੇਸ਼ ਭਰ ਮੇਂ ਜਾ ਕਰ ਕੇ ਆਇਆ, जनता जनार्दन ने तीसरी बार मोदी सरकार बनाना पक्का कर लिया है। मेरी इच्छा है कि आदमपुर एयरपोर्ट का नाम भी गुरु रविदास जी के नाम पर रखा जाए। और नशा मुक्त के इतने भाषण किए, पूरे पंजाब को बदनाम करने वाली उड़ता पंजाब फिल्में बनाई थी, चारों तरफ बदनामी की थी, लेकिन इन्होंने आते ही नशे को ही अपनी कमाई का साधन बना दिया है। दिल्ली के शराब घोटाले को पूरी दुनिया जान चुकी है। ਯਹਾਂ ਖਨਨ ਮਾਫੀਆ ਵੀ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਨੂੰ ਵੱਡੇ ਰੂਪ ਦੇ ਵਿੱਚ ਘੇਰਿਆ, ਭ੍ਰਿਸ਼ਟਾਚਾਰ ਦੀ ਗੱਲ ਕੀਤੀ। ਕਾਂਗਰਸ ਦੇ ਬੀਤੇ ਸਮੇਂ ਦੇ ਸਿਆਸੀ ਹਮਲੇ ਕੀਤੇ, ਜਦੋਂ 2022 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ 'ਚ ਰੈਲੀ ਰੱਦ ਹੋ ਗਈ ਸੀ। ਪ੍ਰਧਾਨ ਮੰਤਰੀ ਤੋਂ ਜਾਖੜ ਨੇ ਗੁਰੂ ਰਵਿਦਾਸ ਜੀ ਦੇ ਨਾਂ ਤੇ ਹੁਸ਼ਿਆਰਪੁਰ 'ਚ ਯੂਨੀਵਰਸਿਟੀ ਦੇਣ ਦੀ ਵੀ ਮੰਗ ਕੀਤੀ। ਕਿਤਨੀ ਬੜੀ ਠੱਗੀ ਕੀ ਹੈ, ਕਿਤਨਾ ਬੜਾ ਉਹਨੇ ਲੋਕਾਂ ਦਾ ਸਰਮਾਇਆ ਲੁੱਟਾ ਹੈ, ਉਸੇ ਜਾਣਾ ਜਾਤਾ ਹੈ। वो मुख्यमंत्री जिन्होंने आपको पंजाब में आने से रोका था, आज उन्हीं के इशारों पे आज फिर से आपकी आमद में आने वाले लोगों को यहाँ पहुंचने से रस्ते में रोका गया है। कांग्रेस ने संविधान ते लोकतंत्र बचाउण दी गल कीती। सब तो अहम कांग्रेस दा जिहड़ा प्रचार रहा ओ साबका प्रधानमंत्री डॉक्टर मनमोहन सिंह दी चिट्ठी सी, जिस नूं कांग्रेस पार्टी ने चंडीगढ़ विच प्रेस कॉन्फ्रेंस करके रिलीज़ किया अते पंजाबियां नूं सुनेहा भेजिया। डॉक्टर मनमोहन सिंह ने इस चिट्ठी दे विच खास तौर ते कहा कि जे संविधान ते लोकतंत्र बचाउणा है तां ऐतकी ਜਿਹੜਾ ਹੈਗਾ ਬੀਜੇਪੀ ਨੂੰ ਨਕਾਰਨਾ ਪਵੇਗਾ। ਕਾਂਗਰਸ ਹੀ ਪੰਜਾਬ ਨੂੰ ਅੱਗੇ ਵਧਾ ਸਕਦੀ ਹੈ ਅਤੇ ਇਹ ਸੰਵਿਧਾਨ ਅਤੇ ਲੋਕਤੰਤਰ ਬਚਾਉਣ ਦਾ ਅਖੀਰਲਾ ਮੌਕਾ ਹੈ। ਉਹਨਾਂ ਨੇ ਆਪਣੀ ਚਿੱਠੀ ਦਾ ਅੰਤ ਹੈ ਜਿਹੜਾ, ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ ਮਰਦੇ ਕਾਮਿਲ ਨੇ ਜਗਾਇਆ ਹਿੰਦ ਕੋ ਫਿਰ ਖੁਆਬ ਸੇ, ਅਲਾਮਾ ਇਕਬਾਲ ਦੇ ਇਸ ਸ਼ੇਅਰ ਦੇ ਨਾਲ ਕੀਤੀ ਅਤੇ ਕਿਹਾ ਕਿ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੇ
ਪੀਐਮ ਦੀ ਸਾਖ ਨੂੰ ਇੰਨਾ ਧੱਕਾ ਨਹੀਂ ਪਹੁੰਚਾਇਆ ਜਿੰਨਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹੁੰਚਾਇਆ ਹੈ। ਉੱਧਰ ਰਾਹੁਲ ਗਾਂਧੀ ਅਨੰਦਪੁਰ ਸਾਹਿਬ ਹਲਕੇ ਦੇ ਬੰਗਾ ਸ਼ਹਿਰ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਪਹੁੰਚੇ ਹੋਏ ਸਨ। ਇੱਥੇ ਉਹਨਾਂ ਨੇ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਸੱਭਿਆਚਾਰਕ ਰੰਗ ਦੇ ਵਿੱਚ ਰੰਗੀ ਸੱਥ ਲਾਈ, ਲੋਕਾਂ ਦੇ ਨਾਲ ਸੰਵਾਦ ਰਚਾਇਆ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਬੀਜੇਪੀ ਸਰਕਾਰ ਦੇ ਉੱਤੇ ਤਿੱਖੇ ਹਮਲੇ ਕੀਤੇ। ਰਾਹੁਲ ਗਾਂਧੀ ਨੇ ਵੀ ਇਹੀ ਕਿਹਾ ਕਿ ਜੇ ਸੰਵਿਧਾਨ ਅਤੇ ਲੋਕਤੰਤਰ ਬਚਾਉਣਾ ਤਾਂ ਐਤਕੀ ਬੀਜੇਪੀ ਨੂੰ ਹਰਾਉਣਾ ਪਊਗਾ ਅਤੇ ਇੱਕ ਵੱਡਾ ਵਾਅਦਾ ਕਿਸਾਨਾਂ ਦੇ ਨਾਲ ਕੀਤਾ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਹਰ ਫਸਲ ਦੀ ਗਰੰਟੀ ਦਾ MSP ਕਾਨੂੰਨ ਦਿਆਂਗੇ। पहली बार हिंदुस्तान की इंडिपेंडेंस के बाद पहली बार संविधान पर आक्रमण हो रहा है। नरेंद्र मोदी जी, अमित शाह जी और बीजेपी के नेताओं ने साफ कह दिया है कि अगर वो चुनाव जीतेंगे तो वो अंबेडकर जी के संविधान को, गांधी जी के संविधान को रद्द कर देंगे, फाड़ के फेंक देंगे। सबसे पहले ये जो संविधान है ये सिर्फ एक किताब नहीं है, और लोग कहते हैं कि ये संविधान आजादी के टाइम बना था, मगर वो सही नहीं है, क्योंकि इस संविधान में जो सोच है वो आजादी से बहुत पुरानी सोच है, वो गुरु नानक जी की सोच है। उसमें हिंदुस्तान के अलग अलग महापुरुषों की सोच, शहीद भगत सिंह जी की बात करते हैं और उनके बारे में कहा जाता है कि वो हिंदुस्तान के लिए शहीद हुए, ये बिल्कुल सच है, मगर ये नहीं कहा जाता कि वो एक बहुत गहरे पॉलिटिकल थिंकर थे। और अगर आप उनकी सोच को देखें तो उनकी भी सोच संविधान में रिप्रेजेंट है। तो इसीलिए मैं यहां आया हूं आपसे कहने कि जो भी आज तक हिंदुस्तान के लोगों को मिला है, दलितों को मिला है, आदिवासियों को, पिछड़े वर्ग को, किसानों को, जो भी मिला, जमीन का हक हो, रिजर्वेशन हो, पब्लिक सेक्टर हो, जो भी मिला है इस किताब के माध्यम से, और आज बीजेपी के लोग खुलकर इस पर आक्रमण कर रहे हैं। 4 जून के बाद हिंदुस्तान के सब लोग जो मनरेगा में काम कर रहे हैं उनको 400 रुपए मिले, हमने ये कह दिया है, उसको कर रहे हैं। दूसरी बात, आशा और आंगनवाड़ी में जो महिलाएं काम करती हैं उनकी जो आमदनी है हमें लगता है कि वो बहुत कम है, 4 जून के बाद उसको भी हम दुगुना कर देंगे। और आखिरी बात, जहां तक आपने ड्रग्स की बात कही है, ये बात सबसे पहले मैंने यहाँ पंजाब में आकर उठाई थी और लोगों ने मेरा मजाक उड़ाया था, और आप बिल्कुल सही कह रहे हैं, पंजाब से ये जो ड्रग का मैनेस है इसको मिटाना है, और इसमें कांग्रेस, ये काम कांग्रेस पार्टी कर सकती है और ये लोग नहीं कर सकते हैं। तो ये जब कांग्रेस पार्टी के यहाँ सरकार आएगी जो आने वाली है तब हम इसको बिल्कुल तेजी से मिटा देंगे।
ਆਮ ਆਦਮੀ ਪਾਰਟੀ ਦੀ ਨਰਸਰੀ ਦੇ ਵਿੱਚ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਵੀ ਅਖੀਰਲਾ ਦਾਅ ਖੇਡਿਆ। ਦੋਵਾਂ ਨੇ ਰਲ ਕੇ ਸਭ ਤੋਂ ਵੱਕਾਰੀ ਸੰਗਰੂਰ ਸੀਟ ਤੇ ਰੋਡ ਸ਼ੋਅ ਕੱਢੇ ਤੇ ਦਾਅਵਾ ਕੀਤਾ ਸੀਐਮ ਮਾਨ ਨੇ ਕਿ ਮੋਦੀ ਸਰਕਾਰ ਜਾ ਰਹੀ ਹੈ, ਇੰਡੀਆ ਗੱਠਜੋੜ ਦੀ ਸਰਕਾਰ ਆ ਰਹੀ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਦਾ ਵੱਡਾ ਯੋਗਦਾਨ ਹੋਵੇਗਾ। ਸੀਐਮ ਮਾਨ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਨਾਲ ਅਕਾਲੀ ਦਲ ਨੂੰ ਖੂਬ ਰਗੜੇ ਲਾਏ। ਇੱਕ ਰਹਿ ਗਿਆ, ਪਰਸੋਂ ਨੂੰ ਵੋਟਾਂ ਪੈਣਗੀਆਂ ਵੀਰੋ। ਇੱਕ ਗੱਲ ਤੁਹਾਨੂੰ ਮੈਂ ਦੱਸ ਦਿੰਦਾ, ਮੋਦੀ ਦੀ ਸਰਕਾਰ ਨਹੀਂ ਆ ਰਹੀ, ਇੰਡੀਆ ਗਠਬੰਧਨ ਦੀ ਸਰਕਾਰ ਆ ਰਹੀ ਹੈ ਤੇ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਉਸ ਸਰਕਾਰ ਦੇ ਵਿੱਚ ਹੋਊਗਾ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ 13-0 ਤੁਹਾਨੂੰ ਕਰਨਾ ਹੀ ਪਵੇਗਾ, ਤਾਂ ਹੀ ਮਾਨ ਸਰਕਾਰ ਕੇਂਦਰ ਤੋਂ ਆਪਣੇ ਹੱਕ ਲੈ ਕੇ ਆਏਗੀ। ਸੰਗਰੂਰ ਸੀਟ ਤੋਂ ਪਾਰਟੀ ਨੂੰ ਕਹਿੰਦੇ ਸਭ ਤੋਂ ਵੱਡੀ ਜਿੱਤ ਮਿਲਣੀ ਚਾਹੀਦੀ ਹੈ। ਰੋਡ ਸ਼ੋਅ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਦੇ ਨਾਲ ਮਾਨ ਦੇ ਸੰਗਰੂਰ ਵਾਲੇ ਘਰ ਵੀ ਪਹੁੰਚੇ ਅਤੇ ਸੀਐਮ ਮਾਨ ਦੀ ਧੀ ਨੂੰ ਆਸ਼ੀਰਵਾਦ ਦਿੱਤਾ। 92 ਸੀਟ ਦੀ ਥੀ, ਅਬ ਫਿਰ ਸੇ ਇੱਕ ਵਾਰੀ ਮਾਨ ਸਾਹਿਬ ਕੇ ਹੱਥ ਮਜ਼ਬੂਤ ਕਰ ਦੋ। 13 ਕੀ 13 ਸੀਟ ਅਗਰ ਆ ਗਈ ਤੋ ਇੱਕ ਤਰ੍ਹਾਂ ਸੇ ਯੇ 13 MP ਮਾਨ ਸਾਹਿਬ ਕੇ 13 ਹੱਥ ਬਣੇਗੇ ਜੋ ਕੇਂਦਰ ਸਰਕਾਰ ਸੇ ਪੰਜਾਬ ਕਾ ਹੱਕ ਲੈ ਕੇ ਆਏਗੇ। ਪ੍ਰਚਾਰ ਦੇ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ। ਹਰਸਿਮਰਤ ਕੌਰ ਬਾਦਲ ਆਮ ਆਦਮੀ ਪਾਰਟੀ ਨੂੰ ਘੇਰਦੀ ਨਜ਼ਰ ਆਈ ਕਿ ਚੰਡੀਗੜ੍ਹ ਦੇ ਵਿੱਚ ਇਹ ਦੋਵੇਂ ਇਕੱਠੀਆਂ ਪਾਰਟੀਆਂ ਨੇ, ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਦੂਸਰੇ ਦੇ ਵਿਰੋਧ ਵਿੱਚ ਲੜ ਰਹੀਆਂ ਨੇ। ਇਹਨਾਂ ਦੇ ਦੋਗਲੇ ਚਿਹਰੇ ਨੇ, ਲੋਕਾਂ ਕੋਲ ਤਸਵੀਰ ਸਪਸ਼ਟ ਹੋਣੀ ਚਾਹੀਦੀ ਹੈ। ਲੇਕਿਨ ਅਜੇ ਵੀ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਤੋਂ ਨਹੀਂ ਹਟਦੇ, ਕਹਿੰਦੇ ਸਾਰੇ ਦੇਸ਼ ਵਿੱਚ ਆਪਾਂ ਇਕੱਠੇ ਹਾਂ ਲੇਕਿਨ ਪੰਜਾਬ 'ਚ ਅਸੀਂ ਵੱਖ ਹਾਂ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ, ਜੇ ਤੁਸੀਂ ਇੱਥੇ ਵੱਖ ਹੋਵੇ ਫਿਰ ਦੱਸ ਕਹਿ ਦਿਓ ਕਿ ਜਿਹੜੇ ਤੁਹਾਡੇ ਉਮੀਦਵਾਰ ਜੇ ਕੋਈ ਜਿੱਤਦਾ ਹੈ ਤੇ ਦਿੱਲੀ ਜਾ ਕੇ ਨਾ ਹੀ ਇੰਡੀਆ ਅਲਾਇੰਸ ਦਾ ਹਿੱਸਾ ਬਣੂਗਾ ਤੇ ਫਿਰ ਜਾਊਗਾ ਕਿੱਥੇ, ਜਾਂ ਭਾਜਪਾ ਨੇ ਜਾਊਗਾ? ਕਲੀਅਰ ਕਰ ਦੇਣ ਆਪਣਾ ਸਟੈਂਡ ਕਿ ਜਾਣਗੇ ਕਿੱਥੇ। ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਬਲਕਾਰ ਸਿੱਧੂ ਦੀ ਕਥਿਤ ਇਤਰਾਜ਼ਯੋਗ ਵੀਡੀਓ ਦਾ ਮੁੱਦਾ ਚੱਕ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਪਹਿਲੀ ਵਾਰੀ ਕਹਿੰਦੇ ਗਲਤੀ ਹੁੰਦੀ ਹੈ, ਦੂਸਰੀ ਵਾਰੀ ਗੁਨਾਹ ਹੀ ਹੁੰਦਾ ਹੈ। ਸੀਐਮ ਮਾਨ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਿਉਂ ਨਹੀਂ ਕਰ ਰਹੇ? ਸੀਐਮ ਭਗਵੰਤ ਮਾਨ ਦੀ ਅਕਾਲੀ ਦਲ ਖਿਲਾਫ ਜਿਹੜੀ ਕਿੱਕਲੀ ਸੁਣਾਈ ਜਾਂਦੀ ਹੈ, ਉਸ ਦੇ ਜਵਾਬ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਵੀ ਸੀਐਮ ਭਗਵੰਤ ਮਾਨ ਨੂੰ ਜੁਗਨੂੰ ਕਹਿ ਕੇ ਲੋਕਾਂ ਨੂੰ ਤਕਰੀਰ ਸੁਣਾਈ। ਮੈਂ ਹੁਣ ਜੇ ਝਾੜੂ ਲੈ ਕੇ ਆਵਾਂ ਤੇ ਮੈਂ ਕਿਸੇ ਦੇ ਗੱਲ 'ਚ ਪਾਉਣ ਦੀ ਕੋਸ਼ਿਸ਼ ਕਰਾਂ ਤੇ ਕੀ ਕਹੂਗਾ ਉਹ? ਪਵਾ ਲੂ ਝਾੜੂ, ਗੱਲ 'ਚ ਪਿਆ ਕੀ ਸੋਹਣਾ ਲੱਗਦਾ, ਕੈਂਠਾ ਹੋਵੇ। ਗੱਲ 'ਚ ਪਿਆ ਹੀਰਾ ਚੰਗਾ ਲੱਗਦੇ ਆ, ਗੱਲ 'ਚ ਪਿਆ ਕੋਈ ਮੈਡਲ ਮਿਲਿਆ ਹੋਵੇ ਸੋਨੇ ਦਾ ਚੰਗਾ ਲੱਗਦਾ। ਇਹ ਤਾਂ ਵਿਚਾਰੇ ਲੋਕ ਇਹ ਜਿਹੜੇ ਗੱਲ 'ਚ ਝਾੜੂ ਪਵਾ ਕੇ ਫਿਰ ਇਸ ਤਰ੍ਹਾਂ ਫੋਟੋ ਲਵਾਉਂਦੇ। ਸੁਖਬੀਰ ਸਿੰਘ ਬਾਦਲ ਨੇ SYL ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਤੇ ਇੱਕ ਵਾਕਿਆ ਸੁਣਾਉਂਦਿਆਂ ਕਿਹਾ ਕਿ ਜੇ ਸੀਐਮ ਮਾਨ ਦੀ ਗੱਲ ਅਫਸਰ ਸੁਣ ਲੈਂਦੇ ਤਾਂ ਅੱਜ ਤੱਕ ਹਰਿਆਣੇ ਨੂੰ ਸਾਡਾ ਪਾਣੀ ਗਿਆ ਹੁੰਦਾ, ਪਰ ਅਸੀਂ ਇੱਕ ਬੂੰਦ ਵੀ ਪਾਣੀ ਨਹੀਂ ਜਾਣ ਦੇਣਾ। ਪਾਰਟੀ ਨੂੰ ਮਜ਼ਬੂਤ ਕਰਨ ਦਾ ਕਹਿੰਦੇ ਇਹੀ ਮੌਕਾ ਹੈ, ਨਹੀਂ ਤਾਂ RSS ਤੇ BJP SGPC ਤੇ ਵੀ ਕਬਜ਼ਾ ਕਰ ਲੈਣਗੇ ਜਿਵੇਂ ਇਹ ਸਾਡੇ ਧਰਮ ਅਸਥਾਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਵੱਡਾ ਐਲਾਨ ਕੀਤਾ ਕਿ ਅਸੀਂ ਨਾ NDA ਨਾਲ ਜਾਣਾ ਤੇ ਨਾ ਹੀ ਇੰਡੀਆ ਗੱਠਜੋੜ ਦੇ ਨਾਲ, ਯਾਨੀ ਕਿ ਨਾ BJP ਦੇ ਨਾਲ ਨਾ ਕਾਂਗਰਸ ਦੇ ਨਾਲ, ਅਸੀਂ ਪੰਜਾਬ ਦੀ ਆਵਾਜ਼ ਬਣਾਂਗੇ। ਸੁਪਰੀਮ ਕੋਰਟ ਵਿੱਚ ਆਪਣੀ ਤਰੀਕ ਲੱਗੀ ਹੈ, ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਪਾਣੀ ਦਾ ਵੇਰਵਾ ਮੰਗਿਆ। ਮੁੱਖ ਮੰਤਰੀ ਨੇ ਨਹਿਰੀ ਪਾਰਟੀ ਪਟਵਾਰੀ ਬੁਲਾਏ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਲਿਖ ਕੇ ਦੇ ਦਿਓ, ਟੇਲਾਂ ਵਿੱਚ ਪੂਰਾ ਪਾਣੀ ਹੈ। ਮੈਂ ਵਧਾਈ ਦੇਣਾ ਚਾਹੁੰਦਾ ਪਟਵਾਰੀਆਂ ਨੂੰ, ਨਹਿਰੀਆਂ ਕਹਿੰਦੇ ਅਸੀਂ ਨਹੀਂ ਲਿਖ ਕੇ ਦਿੰਦੇ। 400 ਨੂੰ ਸਸਪੈਂਡ ਕਰਤਾ,
ਜੇ ਆ ਲਿਖ ਕੇ ਦੇ ਦਿੰਦੇ ਸੁਪਰੀਮ ਕੋਰਟ ਤੋਂ ਆਰਡਰ ਲੈ ਲੈਣਾ ਸੀ ਪਾਣੀ ਹਰਿਆਣੇ ਨੂੰ ਦੇ ਦਿਓ, ਫੌਜ ਲਾ ਕੇ ਪਾਣੀ ਕੱਢਣਾ ਸੀ। ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣੇ ਪ੍ਰਚਾਰ ਦਰਮਿਆਨ ਆਖਰੀ ਰੋਡ ਸ਼ੋਅ ਕੱਢਿਆ। ਬਰਨਾਲਾ ਦੇ ਵਿੱਚ ਰੋਡ ਸ਼ੋਅ ਪਹੁੰਚਣ ਤੋਂ ਪਹਿਲਾਂ ਹੀ ਆਜ਼ਾਦ ਉਮੀਦਵਾਰ ਅਤੇ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਵੀ ਆਪਣਾ ਰੋਡ ਸ਼ੋਅ ਕੱਢ ਰਹੇ ਸਨ। ਦੋਵੇਂ ਰੋਡ ਸ਼ੋਅ ਆਪਸ ਦੇ ਵਿੱਚ ਮਿਲ ਗਏ ਤਾਂ ਬਲਵਿੰਦਰ ਸਿੰਘ ਸੇਖੋਂ ਨੇ ਸੁਖਪਾਲ ਖਹਿਰਾ ਅਤੇ ਕਾਂਗਰਸ ਪਾਰਟੀ ਦੀ ਉਹਨਾਂ ਦੇ ਸਾਹਮਣੇ ਹੀ ਆਲੋਚਨਾ ਸ਼ੁਰੂ ਕਰ ਦਿੱਤੀ। ਉਹਨਾਂ ਨੇ ਖਹਿਰਾ ਨੂੰ ਨਸ਼ਾ ਤਸਕਰ ਤੱਕ ਕਹਿ ਦਿੱਤਾ, ਜਿਸ ਤੋਂ ਬਾਅਦ ਕਾਫੀ ਮਾਹੌਲ ਤਣਾਅਪੂਰਨ ਹੋ ਗਿਆ ਸੀ। ਫਿਰ ਪੁਲਿਸ ਨੇ ਵਿੱਚ ਵਿਚਾਲੇ ਆ ਕੇ ਸਮਝੌਤਾ ਕਰਵਾਇਆ। ਸੁਖਪਾਲ ਖਹਿਰਾ ਨੇ ਇਹ ਵੀ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਵਟਸਐਪ ਨੰਬਰ ਬੰਦ ਕਰਵਾ ਦਿੱਤਾ ਹੈ, ਉਹ ਕਿਸੇ ਨੂੰ ਵਟਸਐਪ ਰਾਹੀਂ ਜਿਹੜਾ ਹੈਗਾ ਉਹ ਮੈਸੇਜ ਵਗੈਰਾ ਨਹੀਂ ਭੇਜ ਪਾ ਰਹੇ, ਨਾ ਹੀ ਉਹਨਾਂ ਨੂੰ ਸੁਨੇਹੇ ਮਿਲ ਰਹੇ ਨੇ। BJP ਦੇ ਕੌਮੀ ਪ੍ਰਧਾਨ JP ਨੱਡਾ ਨੇ ਮਾਝੇ ਦੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਹੱਕ 'ਚ ਵੱਡੀ ਰੈਲੀ ਕੀਤੀ। ਪੰਜਾਬ ਖਾਸ ਕਰਕੇ ਸਿੱਖ ਮੁੱਦਿਆਂ ਨੂੰ ਲੈ ਕੇ ਕਾਂਗਰਸ ਨੂੰ ਘੇਰਿਆ। ਨੱਡਾ ਨੇ 1971 ਦੇ ਵਿੱਚ ਜਦੋਂ ਪਾਕਿਸਤਾਨੀ ਫੌਜੀਆਂ ਨੂੰ ਇੰਦਰਾ ਗਾਂਧੀ ਨੇ ਛੱਡਿਆ ਸੀ ਤਾਂ ਨਨਕਾਣਾ ਸਾਹਿਬ ਦੇ ਲਾਂਘੇ ਦੀ ਗੱਲ ਕਿਉਂ ਨਹੀਂ ਰੱਖੀ, ਸ਼ਰਤ ਕਿਉਂ ਨਹੀਂ ਰੱਖੀ ਇਸ ਮੁੱਦੇ 'ਤੇ। ਕਾਂਗਰਸ ਨੂੰ ਘੇਰਿਆ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਦੇ ਲਈ ਆਪਣੀ ਪਾਰਟੀ ਨੂੰ ਸਿਹਰਾ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਨੂੰ CAA ਦੇ ਮੁੱਦੇ 'ਤੇ ਵੀ ਘੇਰਿਆ। ਤੋ ਤਬ ਵੀ ਉਸ ਸਮੇਂ ਨਾਨਕਾਣਾ ਸਾਹਿਬ ਕੇ ਲਈ ਕੋਰੀਡੋਰ ਕੀ ਬਾਤ ਨਹੀਂ ਕੀ ਥੀ, ਉਨਕੋ ਪੰਜਾਬ ਯਾਦ ਨਹੀਂ ਆਇਆ ਥਾ, ਉਹਨੇ ਉਸਕੀ ਚਿੰਤਾ ਨਹੀਂ ਕੀ ਥੀ, ਲੇਕਿਨ ਜਬ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਤੋ ਕਰਤਾਰਪੁਰ ਕੋਰੀਡੋਰ ਬਣਾ ਕਰਕੇ ਆਜ ਹਮਾਰੇ 75 ਸਾਲ ਬਾਅਦ ਲੋਕ ਨਾਨਕਾਣਾ ਸਾਹਿਬ ਜਾਣੇ ਕੇ ਲਈ ਉਨਕਾ ਰਾਸਤਾ ਪ੍ਰਸ਼ਸਤ ਕੀਆ ਤੋ ਕਿਸੀ ਔਰ ਨਹੀਂ ਕੀਆ। UP ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਚੰਡੀਗੜ੍ਹ ਅਤੇ ਅਨੰਦਪੁਰ ਸਾਹਿਬ ਦੇ ਵਿੱਚ ਰੈਲੀ ਕਰਨ ਪਹੁੰਚੇ। ਉਹਨਾਂ ਨੇ ਸੁਭਾਸ਼ ਸ਼ਰਮਾ ਅਤੇ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਰੈਲੀਆਂ ਕੀਤੀਆਂ ਅਤੇ ਕਾਂਗਰਸ ਨੂੰ ਦੇਸ਼ ਦੇ ਵਿੱਚ ਦਹਿਸ਼ਤਗਰਦੀ ਫੈਲਾਉਣ ਦਾ ਜ਼ਿੰਮੇਵਾਰ ਦੱਸਿਆ। ਪੰਜਾਬ ਸਰਕਾਰ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਮਾਨ ਸਰਕਾਰ ਜੇਲ੍ਹ ਤੋਂ ਚੱਲ ਰਹੀ ਹੈ, ਕੱਟੜੇ ਇਮਾਨਦਾਰ ਕਹਿਣ ਵਾਲੇ ਹੀ ਸਭ ਤੋਂ ਵੱਧ ਬੇਈਮਾਨ ਨੇ, ਪੰਜਾਬ 'ਚ ਹਰ ਤਰ੍ਹਾਂ ਦਾ ਮਾਫੀਆ ਰਾਜ ਚੱਲ ਰਿਹਾ ਹੈ। ਇਸ ਮੌਕੇ CM ਯੋਗੀ ਆਦਿੱਤਿਆਨਾਥ ਨੇ ਰਾਮ ਮੰਦਰ ਦੇ ਮੁੱਦੇ 'ਤੇ ਬੋਲਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਬਾਰੇ ਇੱਕ ਵਿਵਾਦਿਤ ਬਿਆਨ ਵੀ ਦੇ ਦਿੱਤਾ। ਗੁਰੂ ਨਾਨਕ ਦੇਵ ਜੀ ਸੇ ਲੈ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਨਿਹੰਗੋਂ ਨੇ ਜਿਸ ਅਯੋਧਿਆ ਮੇਂ ਰਾਮ ਜਨਮ ਭੂਮੀ ਕੇ ਲਈ ਅਗ੍ਰਮ ਪੰਕਤੀ ਮੇਂ ਆਕਰ ਕੇ ਲੜਾਈ ਲੜੀ ਥੀ, ਆਜ ਉਸ ਅਯੋਧਿਆ ਮੇਂ ਪ੍ਰਭੂ ਰਾਮ ਲਲਾ ਵਿਰਾਜਮਾਨ ਹੋ ਗਏ, ਭਵਯ ਰਾਮ ਮੰਦਿਰ ਕਾ ਨਿਰਮਾਣ ਹੋ ਗਿਆ ਹੈ। ਅਯੋਧਿਆ ਮੇਂ ਰਾਮ ਮੰਦਿਰ ਨਿਰਮਾਣ ਹੋਣੇ ਕੇ ਉਪਰੰਤ ਬਹਿਨੋ ਭਾਈਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੋ ਰਾਮ ਅਵਤਾਰ ਪਰ ਹੀ ਪੂਰਾ ਇੱਕ ਸਵਰਗ ਲਿਖਾ ਥਾ। ਭਗਵਾਨ ਰਾਮ ਕੇ ਪ੍ਰਤੀ ਕਿਤਨੀ ਆਸਥਾ ਥੀ ਯਾ ਸ਼ਬਦੋਂ ਮੇਂ ਵਿਅਕਤ ਨਹੀਂ ਕਿਹਾ ਜਾ ਸਕਤਾ। ਕੱਲ੍ਹ ਆਲ ਇੰਡੀਆ ਡਿਫੈਂਸ ਬ੍ਰਦਰਹੁੱਡ ਪੰਜਾਬ ਦੇ ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਸਾਬਕਾ ਫੌਜੀਆਂ ਦੇ ਵੱਲੋਂ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੱਲ੍ਹ ਦਾਅਵਾ ਕੀਤਾ ਕਿ ਸੈਂਟਰ ਦੇ ਵਿੱਚ ਐਤਕੀ ਭਾਜਪਾ ਦੀ ਸੱਤਾ ਨਹੀਂ ਆਵੇਗੀ। 1984 ਸਿੱਖ ਕਤਲੇਆਮ ਦੇ ਵਿੱਚ ਮੁੱਖ ਦੋਸ਼ੀ ਸੱਜਣ ਕੁਮਾਰ ਖਿਲਾਫ ਮਾਮਲੇ ਦੇ ਵਿੱਚ
ਕਤਲ ਦੀ ਧਾਰਾ ਜੋੜਨ ਦੇ ਅਦਾਲਤ ਨੇ ਨਿਰਦੇਸ਼ ਦਿੱਤੇ ਨੇ। ਇਸ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਰੋਜ਼ ਐਵੀਨਿਊ ਕੋਰਟ ਦੇ ਵਿੱਚ 1984 ਕਤਲਿਆਂ ਦੇ ਮਾਮਲੇ ਦੀ ਚੱਲ ਰਹੀ ਸੁਣਵਾਈ ਦੌਰਾਨ ਕਾਂਗਰਸੀ ਲੀਡਰ ਸੱਜਣ ਕੁਮਾਰ ਖਿਲਾਫ ਲੱਗੀ ਧਾਰਾ 302 ਤੇ 325 ਖਤਮ ਕਰ ਦਿੱਤੀਆਂ ਗਈਆਂ ਸਨ ਤੇ ਉਹਨਾਂ ਨੇ ਇਸ ਮਾਮਲੇ ਵਿੱਚ ਦਿੱਲੀ ਦੇ ਉਪ ਰਾਜਪਾਲ ਨੂੰ ਸਾਰੀ ਜਾਣਕਾਰੀ ਦਿੱਤੀ ਕਿ ਇਹ ਸਿੱਖ ਨਸਲਕੁਸ਼ੀ ਦਾ ਮਾਮਲਾ ਹੈ ਜਿਸ ਵਿੱਚ ਰੰਗਾਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਥਾਣਾ ਵਿਕਾਸਪੁਰੀ ਦੇ ਵਿੱਚ 1992 ਵਿੱਚ FIR ਨੰਬਰ 227/92 ਤੇ FIR ਨੰਬਰ 264/92 ਥਾਣੇ ਦੇ ਵਿੱਚ ਦਰਜ ਹੋਈਆਂ ਸਨ। ਆਗੂਆਂ ਨੇ ਦੱਸਿਆ ਕਿ ਸੱਜਣ ਕੁਮਾਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਜਿਹੜੀ ਭੀੜ ਦੀ ਅਗਵਾਈ ਕਰ ਰਿਹਾ ਸੀ ਉਸਨੇ ਸੋਹਣ ਸਿੰਘ ਤੇ ਅਵਤਾਰ ਸਿੰਘ ਨਾਮ ਦੇ ਦੋ ਸਿੱਖਾਂ ਨੂੰ ਖਤਮ ਕੀਤਾ ਸੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ ਅਰਜ਼ੀ ਦਾ ਨੋਟਿਸ ਲੈਂਦਿਆਂ ਉਪ ਰਾਜਪਾਲ ਨੇ ਵਿਸ਼ੇਸ਼ ਜਾਂਚ ਟੀਮ ਨੂੰ ਸੱਜਣ ਕੁਮਾਰ ਖਿਲਾਫ਼ ਹਾਈਕੋਰਟ ਵਿੱਚ ਅਪੀਲ ਦਾਇਰ ਕਰਨ ਲਈ ਕਿਹਾ ਸੀ ਤੇ ਹੁਣ ਸੱਜਣ ਕੁਮਾਰ ਖਿਲਾਫ਼ ਮਾਮਲੇ ਦੇ ਵਿੱਚ ਕਤਲ ਦੀ ਧਾਰਾ ਨੂੰ ਮੁੜ ਤੋਂ ਜੋੜਨ ਦਾ ਹੁਕਮ ਦਿੱਤਾ ਗਿਆ ਹੈ।